ਸਤਿ ਸ਼੍ਰੀ ਅਕਾਲ ਦੋਸਤੋ। ਸੋ ਅੱਜ ਗੱਲਬਾਤ ਕਰਾਂਗੇ ਆਸਟ੍ਰੇਲੀਆ ਦੇ ਟੂਰਿਸਟ ਵੀਜ਼ਾ ਬਾਰੇ। ਕਈ ਲੋਕ ਚਾਹਵਾਨ ਨੇ, ਕਈ ਲੋਕਾਂ ਦੇ ਬੱਚੇ ਉੱਥੇ ਰਹਿੰਦੇ ਨੇ, ਕਈਆਂ ਦੇ ਰਿਸ਼ਤੇਦਾਰ ਉੱਥੇ ਰਹਿੰਦੇ ਨੇ ਅਤੇ ਕਈ ਘੁੰਮਣ ਫਿਰਨ ਦੇ ਮਕਸਦ ਨਾਲ ਵੀ ਜਾਣਾ ਚਾਹੁੰਦੇ ਨੇ। ਸੋ ਟੂਰਿਸਟ ਵੀਜ਼ਾ ਕਿੱਦਾਂ ਦੇ ਡਾਕੂਮੈਂਟਸ ਅਤੇ ਕਿੱਦਾਂ ਦਾ ਸਮਾਂ ਲੱਗਦਾ ਔਰ ਇਸ ਵੀਜ਼ੇ ਦਾ ਅੱਗੇ ਜਾ ਕੇ ਕੁਛ ਹੋ ਸਕਦਾ ਕਿ ਨਹੀਂ ਹੋ ਸਕਦਾ, ਉਹਦੇ ਬਾਰੇ ਗੱਲਬਾਤ ਕਰਾਂਗੇ। ਸੋ ਆਸਟ੍ਰੇਲੀਆ ਟੂਰਿਸਟ ਵੀਜ਼ਾ ਜਦੋਂ ਤੁਸੀਂ ਅਪਲਾਈ ਕਰਦੇ ਹੋ ਤਾਂ ਸਭ ਤੋਂ ਪਹਿਲਾਂ ਤਾਂ ਇੰਪੋਰਟੈਂਟ ਚੀਜ਼ ਆ ਤੁਹਾਡਾ ਪ੍ਰੋਫਾਈਲ। ਪ੍ਰੋਫਾਈਲ ਦੇ ਵਿੱਚ ਦੋ ਹੀ ਚੀਜ਼ਾਂ ਮੁੱਖ ਹੁੰਦੀਆਂ ਨੇ। ਕਿਸੇ ਵੀ ਕੰਟਰੀ 'ਚ ਟੂਰਿਸਟ ਵੀਜ਼ਾ ਅਪਲਾਈ ਕਰ ਲਓ, ਇੱਕ ਤੁਹਾਡੀ ਇਨਕਮ ਦਾ ਸੋਰਸ ਅਤੇ ਦੂਜੇ ਤੁਹਾਡੇ ਫੰਡ ਫਾਈਨੈਂਸ਼ੀਅਲ ਸਟੇਟਸ। ਇਹ ਦੋ ਚੀਜ਼ਾਂ ਅਗਰ ਤੁਹਾਡੀਆਂ ਸਹੀ ਨੇ, ਇਹਨਾਂ ਦੇ ਸਹੀ ਡਾਕੂਮੈਂਟ ਤੁਸੀਂ ਪੇਸ਼ ਕਰ ਪਾਉਂਦੇ ਹੋ ਤਾਂ ਆਪਣੀ ਸਹੀ ਤਰੀਕੇ ਨਾਲ ਫਾਈਲ ਬਣਾ ਪਾਉਂਦੇ ਹੋ ਤਾਂ ਵੀਜ਼ਾ ਰਿਜੈਕਟ ਨਹੀਂ ਹੁੰਦਾ। ਸੋ ਆਪਣੀ ਇਨਕਮ ਘੱਟੋ ਘੱਟ 8 ਤੋਂ 10 ਲੱਖ ਦੀ ਇੱਕ ਪਰਿਵਾਰਕ ਇਨਕਮ ਜ਼ਰੂਰ ਦਿਖਾਈ ਜਾਵੇ। ਪਰਿਵਾਰਕ ਇਨਕਮ 'ਚ ਕੌਣ ਕੌਣ ਆਉਂਦਾ? ਤੁਸੀਂ ਆਉਂਦੇ ਹੋ, ਤੁਹਾਡੀ ਵਾਈਫ ਆਉਂਦੇ ਨੇ, ਜੇ ਤੁਸੀਂ ਮੈਰਿਡ ਹੋ ਤਾਂ ਤੁਹਾਡੇ ਪੇਰੈਂਟਸ ਆਉਂਦੇ ਨੇ, ਭਰਾ ਭਰੂ ਪਾ ਕੇ ਨਹੀਂ, ਸਿਰਫ ਪੇਰੈਂਟਸ ਅਤੇ ਆਪਣਾ ਲਾਈਫ ਪਾਰਟਨਰ, ਇਹਨਾਂ ਨੂੰ ਪਾ ਕੇ 8 ਤੋਂ 10 ਲੱਖ ਦੀ ਇਨਕਮ ਪੇਸ਼ ਕਰੋ। ਇਕੱਲੇ ਜਾ ਰਹੇ ਹੋ ਤਾਂ 10 ਕੁ ਲੱਖ ਰੁਪਈਆ ਹੀ ਸ਼ੋਅ ਕਰੋ। ਜ਼ਿਆਦਾ ਜਾਣੇ ਜਾ ਰਹੇ ਹੋ ਫੈਮਿਲੀ ਮੈਂਬਰ, ਫਿਰ ਉਸ ਹਿਸਾਬ ਦੇ ਨਾਲ 15 ਤੋਂ 20 ਲੱਖ ਦੀ ਵੀ ਲੋੜ ਪੈ ਸਕਦੀ ਹੈ। ਇਹ ਦੋ ਮੂਲ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਵੀਜ਼ਾ ਲੈਣ ਲਈ ਚਾਹੀਦੀਆਂ। ਆਸਟ੍ਰੇਲੀਆ ਵੀਜ਼ਾ ਪਹਿਲੀ ਵਾਰੀ ਤੁਹਾਨੂੰ ਕਈ ਵਾਰ 6 ਤੋਂ 1 ਸਾਲ ਦਾ ਇਸ਼ੂ ਹੁੰਦਾ, ਦੂਜੀ ਵਾਰੀ ਉਸ ਤੋਂ ਵੱਧ ਵੀ ਹੋ ਜਾਂਦਾ। ਇਹਦੇ ਵਿੱਚ ਕਿਸੇ ਤਰ੍ਹਾਂ ਦੇ ਬਾਇਓਮੈਟ੍ਰਿਕ ਕਰਾਉਣ ਲਈ ਆਪਾਂ ਨੂੰ ਕਿਤੇ ਨਹੀਂ ਜਾਣਾ ਪੈਂਦਾ, ਕਿਸੇ ਤਰ੍ਹਾਂ ਦੀ ਫਾਈਲ ਲਾਉਣ ਲਈ ਵੀ ਕਿਤੇ ਨਹੀਂ ਜਾਣਾ ਪੈਂਦਾ। ਇਹ ਫਾਈਲ ਘਰ ਬੈਠੇ ਵੀ ਲੱਗ ਸਕਦੀ ਹੈ, ਔਨਲਾਈਨ ਲੱਗਦੀ ਹੈ। ਸੋ ਕਿਤੇ ਆਪਾਂ ਨੂੰ ਇੱਧਰ ਉੱਧਰ ਟਰੈਵਲ ਕਰਨ ਦੀ ਲੋੜ ਨਹੀਂ ਹੈ। ਔਰ ਇਸ ਆਸਟ੍ਰੇਲੀਆ ਵੀਜ਼ਾ ਨੂੰ ਪਹਿਲਾਂ, ਹੁਣ ਨਹੀਂ, ਪਹਿਲਾਂ ਵਾਲੇ ਰੂਲ 'ਚ ਆਸਟ੍ਰੇਲੀਆ ਜਾ ਕੇ ਬਦਲਿਆ ਜਾ ਸਕਦਾ ਹੁੰਦਾ ਸੀਗਾ ਸਟੂਡੈਂਟ ਵੀਜ਼ਾ ਦੇ ਵਿੱਚ ਜਾਂ ਕਿਸੇ ਹੋਰ ਵੀਜ਼ਾ ਦੇ ਵਿੱਚ, ਬਟ ਹੁਣ ਇਹ ਚੀਜ਼ ਆਸਟ੍ਰੇਲੀਆ ਨੇ ਜ਼ਰੂਰ ਬੰਦ ਕਰ ਦਿੱਤੀ ਹੈ ਕਿ ਤੁਸੀਂ ਉੱਥੇ ਜਾ ਕੇ ਇਹ ਵੀਜ਼ੇ ਨੂੰ ਕਿਸੇ ਹੋਰ ਕੈਟੇਗਰੀ 'ਚ ਨਹੀਂ ਬਦਲ ਸਕਦੇ। ਪਰ ਇਹਦਾ ਵੀਜ਼ਾ ਲੈਣਾ ਤੁਹਾਡੇ ਕਈ ਹੋਰ ਕੰਟਰੀਆਂ ਦੇ ਰਸਤੇ ਖੋਲ੍ਹ ਸਕਦਾ, ਤੁਹਾਡੇ ਪ੍ਰੋਫਾਈਲ ਨੂੰ ਇੱਕ ਪੋਜ਼ਿਟਿਵ ਸਕੇਲ 'ਤੇ ਲਿਆ ਕੇ ਖੜਾ ਕਰ ਸਕਦਾ। ਸੋ ਰਾਈਟ ਅਤੇ ਇੰਪੋਰਟੈਂਟ ਇਨਫੋਰਮੇਸ਼ਨ ਨੂੰ ਨੋਟ ਕਰੋ, ਉਹਦੇ ਹਿਸਾਬ ਨਾਲ ਟੀਮ ਨੂੰ ਮਿਲੋ, ਆਪਣੇ ਪ੍ਰੋਫਾਈਲ ਨੂੰ ਡਿਸਕਸ ਕਰੋ। ਜਿਹੜੀਆਂ ਕਮੀਆਂ ਪੇਸ਼ੀਆਂ ਹੋਣਗੀਆਂ ਤੁਹਾਨੂੰ ਦੱਸਣਗੇ, ਸਮਝਾਉਣਗੇ ਕਿੱਦਾਂ ਦੂਰ ਕੀਤੀਆਂ ਜਾ ਸਕਦੀਆਂ ਨੇ। ਅਤੇ ਇੱਕ ਜੈਨੂਅਨ ਜਿਹੜੀ ਕੋਸਟ ਹੈ ਉਹ ਹੀ ਸਾਡੀ ਫੀਸ ਹੈ, ਉਹ ਫੀਸ ਲੈ ਕੇ ਤੁਸੀਂ ਆਪਣਾ ਵੀਜ਼ਾ ਹਾਸਲ ਕਰ ਸਕਦੇ ਹੋ। ਸੋ ਇਸ ਸਮੇਂ ਨੂੰ, ਇਸ ਅਪਰਚੁਨਿਟੀ ਨੂੰ, ਇਸ ਮੌਕੇ ਨੂੰ ਖਰਾਬ ਨਹੀਂ ਕਰੋ। ਬਹੁਤ ਅੱਛੇ ਤਰੀਕੇ ਨਾਲ ਵੀਜ਼ਾ ਜਿਹੜੇ ਨੇ ਆਸਟ੍ਰੇਲੀਆ ਦੇ ਦੇਖਣ ਨੂੰ ਮਿਲ ਰਹੇ ਨੇ। ਸਟੂਡੈਂਟ ਦੇ ਵਿੱਚ ਜ਼ਰੂਰ ਬੱਦਲ ਕਾਲੇ ਨੇ, ਉੱਥੇ ਪੋਜ਼ਿਟਿਵਿਟੀ ਨਹੀਂ ਦੇਖ ਰਹੀ ਕਿਉਂਕਿ ਸਟੂਡੈਂਟਸ ਦਾ ਬਹੁਤ ਖਿਲਾਰਾ ਹੈ, ਬਟ ਟੂਰਿਸਟ ਨੂੰ ਲੈ ਕੇ ਕਿਤੇ ਕੋਈ ਪ੍ਰੋਬਲਮ ਨਹੀਂ। ਔਰ ਖਾਸ ਕਰ ਕਿਉਂਕਿ ਇਹ ਜਿਹੜੀਆਂ ਮਹੀਨਾ ਆ, ਅਗਲਾ ਵੀ ਮਹੀਨਾ ਹੈ, ਇਹ ਹੈ ਹੀ ਛੁੱਟੀਆਂ ਦਾ ਮੰਥ, ਔਰ ਪੂਰੇ ਸਾਲ ਦੇ ਵਿੱਚ ਆਹ ਦਿਨਾਂ ਦੇ ਵਿੱਚ ਹਰ ਕੰਟਰੀ ਟੂਰਿਸਟ ਵੀਜ਼ੇ ਵੱਧ ਇਸ਼ੂ ਕਰਦੀ ਹੈ ਕੰਪੈਰੇਟਿਵਲੀ। ਇਹ ਸਾਨੂੰ ਵੀ 15 ਸਾਲ ਹੋ ਗਏ ਇਸ ਟ੍ਰੇਡ 'ਚ, ਸੋ ਇੰਨਾ ਐਕਸਪੀਰੀਅੰਸ ਤਾਂ ਨੌਲੇਜ ਸਾਨੂੰ ਹੈਗੀ ਹੈ। ਸੋ ਆਹ ਜਿਹੜਾ ਸਮਾਂ ਹੈ, ਇਹ ਰਾਈਟ ਟਾਈਮ ਅਤੇ ਹਾਈ ਟਾਈਮ ਹੁੰਦਾ ਕਿ ਜਦੋਂ ਤੁਸੀਂ ਆਪਣੇ ਟੂਰਿਸਟ ਵੀਜ਼ਾ ਅਪਲਾਈ ਕਰਨੇ ਚਾਹੀਦੇ। ਸੋ ਅੱਜ ਦੇ ਲਈ ਇੰਨਾ, ਥੈਂਕ ਯੂ। ਬ੍ਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਣ।